ਨਵਤੇਜ ਸਿੰਘ ਕਲੋਨੀ, ਤੁਸੀਂ ਵੋਟ ਕਿਹਨੂੰ ਪਾਈ ਸੀ ਉੱਥੇ? ਲੌਂਗੋਵਾਲ ਸਾਹਿਬ ਨੂੰ ਪਾਈ। ਅੱਛਾ ਅੱਛਾ, ਸਵਾਲ ਗਲਤ ਸੀ ਮੇਰਾ? ਮੇਰਾ ਸਵਾਲ ਪਸੰਦ ਆਇਆ ਤੁਹਾਨੂੰ? ਠੀਕ ਹੈ, ਹਾਂ ਠੀਕ ਹੈ ਬਿਲਕੁਲ। ਅੱਛਾ ਚਲੋ, ਸਵਾਲ ਠੀਕ ਸੀਗਾ। ਅਤੇ ਲੌਂਗੋਵਾਲ ਸਾਹਿਬ ਨੂੰ ਹੀ ਕਿਉਂ ਪਾਈ? ਕਿ ਬਦਲ ਨਹੀਂ ਹੈਗਾ ਸੀ? ਨਹੀਂ ਨਹੀਂ, ਬਦਲ ਕਿਉਂ ਨਹੀਂ ਸੀ, ਕਾਬਲ ਬੰਦੇ ਆ, ਸਾਫ਼ ਸੁਥਰੇ ਅਕਸ ਵਾਲੇ ਆਦਮੀ ਹੈ, ਔਰ ਸ਼ੁਰੂ ਤੋਂ ਹੀ ਉਹ ਪੰਥਕ ਮਰਿਆਦਾ ਦੇ ਨਾਲ ਬੜੀ ਬਚਪਨ ਤੋਂ ਜੁੜੇ ਹੋਏ ਨੇ, ਅਤੇ ਸਾਨੂੰ ਉਮੀਦ ਹੈ ਕਿ ਵੀ ਸ਼੍ਰੋਮਣੀ ਕਮੇਟੀ ਨੂੰ ਬੜੇ ਸਾਫ਼ ਸੁਥਰੇ ਢੰਗ ਦੇ ਨਾਲ ਚਲਾਉਣਗੇ। ਲੌਂਗੋਵਾਲ ਸਾਹਿਬ ਹੀ ਕਿਉਂ ਪਸੰਦ ਸੀ ਤੁਹਾਨੂੰ? ਸਿਰਫ ਇਸੇ ਕਰਕੇ ਕਿ ਸਾਫ਼ ਸੁਥਰੀ ਸ਼ਖਸੀਅਤ ਹੈ? ਬਿਲਕੁਲ। ਜਾਂ ਕੋਈ ਪ੍ਰੇਮ ਹੈ ਉਹਨਾਂ ਦਾ ਤੁਹਾਡੇ ਨਾਲ? ਪ੍ਰੇਮ ਕਰਕੇ ਨਹੀਂ, ਹਾਂ ਉਹਨਾਂ ਦੀ ਸ਼ਖਸੀਅਤ ਕਰਕੇ। ਅਤੇ ਜਿਹੜਾ ਡੇਰੇ ਨਾਲ ਪ੍ਰੇਮ ਹੈ ਉਸ ਪ੍ਰੇਮ ਕਰਕੇ ਤਾਂ ਨਹੀਂ ਨਵਤੇਜ ਸਿੰਘ? ਡੇਰੇ 'ਚੋਂ ਗਏ ਨਹੀਂ, ਡੇਰੇ 'ਚੋਂ ਗਏ ਨਹੀਂ। ਤੁਸੀਂ ਗਏ ਸੀਗੇ? ਹਾਂ ਮੈਂ ਗਿਆ। ਤੁਹਾਡਾ ਤਾਂ ਨਾਮ ਆ ਰਿਹਾ, ਦੋ ਵਾਰੀ ਗਏ ਹੋ? ਨਹੀਂ, ਦੋ ਵਾਰੀ। ਉਹ ਇੱਕ ਇਹ ਜਿਹੜੇ ਸਮਾਜਿਕ ਜਿਹੜੇ ਫੰਕਸ਼ਨ ਹੁੰਦੇ ਆ ਨਾ, ਉਹ ਸਮਾਜਿਕ ਫੰਕਸ਼ਨਾਂ ਦੇ ਉੱਤੇ ਕਿਸੇ ਦੇ ਪਰਿਵਾਰ, ਸਾਡੇ ਇੱਕ ਪਰਿਵਾਰ ਦੇ ਵਿੱਚ ਸੀ ਉਹ ਜੁੜਿਆ ਹੋਇਆ ਸੀ ਉਹਦੇ ਨਾਲ, ਸਾਡੇ ਨੇੜੇ ਸਾਡੀ ਪੱਤੀ 'ਚੋਂ ਸੀ, ਅਤੇ ਸਾਡੇ ਦਾਦੀ ਜੀ ਲੱਗਦੇ ਸੀ, ਇਸ ਕਰਕੇ ਉਸ ਪ੍ਰੋਗਰਾਮ 'ਤੇ ਸਾਡਾ ਜਾਣਾ, ਇੱਕ ਸਮਾਜਿਕ ਸਾਂਝ ਨੂੰ ਛੱਡਣਾ ਬੜਾ ਔਖਾ ਸੀ। ਇਸ ਲਈ ਇਹ ਗੱਲ ਨਹੀਂ ਹੈ ਵੀ ਸਮਾਜਿਕ ਤੌਰ 'ਤੇ ਜਾਣਾ ਪੈਂਦਾ, ਅਤੇ ਸਮਾਜਿਕ ਤੌਰ 'ਤੇ ਤਾਂ ਮਨਾ ਕੀਤਾ ਸੀ ਅਕਾਲ ਤਖਤ ਸਾਹਿਬ ਨੇ, ਹੋਰ ਕਾਹਦੇ ਲਈ ਮਨਾ ਕੀਤਾ? ਤਨਖਾਹਾਂ ਲੱਗਣ ਵਾਲਾ ਇਹ ਕੀ ਹੈਗਾ, ਸਿਸਟਮ ਕੀ ਹੈਗਾ? ਨਹੀਂ ਠੀਕ ਹੈ, ਉਹ ਉਹਨਾਂ ਦੀ ਮਰਿਆਦਾ ਹੈਗੀ, ਉਹਨਾਂ ਨੇ ਸਾਨੂੰ ਹੁਕਮ ਲਾਇਆ, ਪਰ ਅਸੀਂ ਉਹਨਾਂ ਦੇ ਹੁਕਮ ਦਾ ਜਵਾਬ ਦਿੱਤਾ। ਅੱਛਾ ਵੀ ਜਾ ਜਾ ਆਓ, ਤਨਖਾਹ ਲਵਾ ਲਓ, ਤਨਖਾਹ ਲਵਾ ਲਈ ਨਾ, ਅਸੀਂ ਉਹਨਾਂ ਨੂੰ ਮੋੜ ਕੇ ਲਿਆਵਾਂਗੇ ਜੀ, ਅਸੀਂ ਉਹਨਾਂ ਨੂੰ ਜਿਹੜੇ ਲੋਕ ਨੇ ਜੇ ਨੇੜੇ ਜਾ ਆਓ ਤੇ ਤਨਖਾਹ ਲਵਾ ਲਓ, ਉਦੋਂ ਬਾਅਦ ਭਾਗ ਸਾਫ, ਇਹੀ ਹੈ ਨਾ? ਜੋ ਉਹ ਤਾਂ ਗੋਬਿੰਦ ਸਿੰਘ ਲੌਂਗੋਵਾਲ ਤੇ ਵੀ ਇਹ ਇਲਜ਼ਾਮ ਹੈ? ਨਹੀਂ, ਗੋਬਿੰਦ ਸਿੰਘ ਲੌਂਗੋਵਾਲ ਤਾਂ ਗਿਆ ਹੀ ਨਹੀਂ ਡੇਰੇ 'ਚ। ਗਏ ਨਹੀਂ ਗਏ? ਨਹੀਂ ਨਹੀਂ ਗਏ, ਬਿਲਕੁਲ ਨਹੀਂ ਗਏ। ਅੱਛਾ, ਤੇ ਜਦੋਂ ਉੱਥੇ ਤਨਖਾਹ ਲੱਗੀ ਸੀ ਫਿਰ ਉੱਥੇ ਕਿਉਂ ਖੜੇ ਸੀ? ਤਨਖਾਹ ਤਾਂ ਉਹਨਾਂ ਨੇ ਜਵਾਬ ਲਿਖ ਕੇ ਦਿੱਤਾ ਤੇ ਉਹਨਾਂ ਨੇ ਮਾਫ਼ ਕਰ ਦਿੱਤਾ। ਨਹੀਂ ਨਹੀਂ, ਇਹਨਾਂ ਨੂੰ ਤਨਖਾਹ ਲਾਈ ਨਹੀਂ। ਆ ਜਦੋਂ ਉੱਥੇ ਇਹ ਗਏ ਉੱਥੋਂ ਫਸੀਲ ਤੋਂ ਸੁਣਾਇਆ ਜਾ ਰਿਹਾ ਸੀਗਾ ਕੋਣੀ ਸਾਹਿਬ, ਇਹਨਾਂ ਨੇ ਲਿਖ ਕੇ, ਇਹ ਤਸਵੀਰ ਝੂਠ ਬੋਲਦੀ ਹੈ, ਇਹਨਾਂ ਨੇ ਲਿਖ ਕੇ ਦਿੱਤਾ ਹੈ ਵੀ ਅਸੀਂ ਜਿਹੜੇ ਡੇਰੇ 'ਚ ਨਹੀਂ ਗਏ। ਤੁਸੀਂ ਕਿ ਨਹੀਂ ਪਛਾਣਦੇ, ਆ ਖੜੇ ਨੇ? ਨਹੀਂ, ਇਹ ਗਏ ਜ਼ਰੂਰ ਹੈ, ਪਰ ਇਹ ਉਹ ਡੇਰੇ 'ਚ ਨਹੀਂ ਗਏ, ਇਹਨਾਂ ਨੇ ਉੱਥੇ ਲਿਖ ਕੇ, ਉੱਥੇ ਕਿਉਂ ਖੜੇ ਸੀਗੇ? ਉੱਥੇ ਉਹਨਾਂ ਨੇ ਜਦੋਂ ਫਸੀਲ ਤੋਂ ਫੈਸਲਾ ਸੁਣਾਇਆ ਜਾਂਦਾ ਉੱਥੇ ਕਿਉਂ ਖੜਨਾ ਪੈਂਦਾ? ਉੱਥੇ ਉਹਨਾਂ ਨੇ ਲਿਖ ਕੇ ਦਿੱਤਾ ਹੈ ਵੀ ਅਸੀਂ ਡੇਰੇ 'ਚ ਨਹੀਂ ਗਏ। ਜੇ ਸਰਦਾਰ ਗੋਬਿੰਦ ਸਿੰਘ ਲੌਂਗੋਵਾਲ ਨਹੀਂ ਗਏ, ਉਹਨਾਂ ਨੂੰ ਗਲਤ ਨਾਂ ਉਹਨਾਂ ਦਾ ਪਾ ਦਿੱਤਾ ਗਿਆ ਲਿਸਟ ਦੇ ਵਿੱਚ ਜਿਹੜੀ ਉੱਥੇ ਜਾਣ ਵਾਲੀ ਸੀ, ਇਹ ਕੋਈ ਛੋਟਾ ਇਲਜ਼ਾਮ ਨਹੀਂ ਸੀ, ਬੜਾ ਵੱਡਾ ਇਲਜ਼ਾਮ ਸੀ। ਕੀ ਗੋਬਿੰਦ ਸਿੰਘ ਲੌਂਗੋਵਾਲ ਨੇ ਉਸ ਕਮੇਟੀ ਦੇ ਉੱਤੇ ਕੋਈ ਪਟੀਸ਼ਨ ਪਾਈ, ਅਕਾਲ ਤਖਤ ਨੂੰ ਕੋਈ ਅਪੀਲ ਕੀਤੀ ਵੀ ਜੀ ਮੇਰਾ ਨਾਂ ਗਲਤ ਪਾ ਦਿੱਤਾ, ਮੈਨੂੰ ਜਾਣ ਬੁੱਝ ਕੇ ਫਸਾਇਆ ਜਾ ਰਿਹਾ? ਨਹੀਂ, ਉਹਨਾਂ ਨੇ ਲਿਖ ਕੇ ਦਿੱਤਾ ਜੀ। ਨਹੀਂ, ਕੀ ਉਹਦੇ 'ਤੇ ਕੋਈ ਐਕਸ਼ਨ ਹੋਇਆ? ਕੀ ਲਿਖ ਕੇ ਦਿੱਤਾ? ਫਿਰ ਭਾਂਡੇ ਵੀ ਮਾਂਜ ਲਏ? ਇਸ ਚੋਣ ਦੇ ਵਿੱਚ ਸਾਡੇ ਲਈ ਸਹਿਜਧਾਰੀ ਸਿੱਖਾਂ ਲਈ ਤਾਂ ਕੋਈ ਵੀ ਸਾਡੇ ਲਈ ਮਤਲਬ ਇਹ ਨਵੀਂ ਗੱਲ ਨਹੀਂ ਹੈਗੀ, ਜੋ ਭਰਾ ਭਰਾ ਦੇ ਵੈਰੀ ਹੋਏ ਹੋਏ ਨੇ ਇਹ, ਔਰ ਖੁਦ ਆਪਸ 'ਚ ਲੜਦੇ ਨੇ, ਕੌਮ ਦਾ ਜਲੂਸ ਕੱਢਦੇ ਪਏ ਨੇ, ਸਾਰੀਆਂ ਜਿਹੜੀਆਂ ਦੂਸਰੀਆਂ ਧਰਮ ਦੀਆਂ ਕੌਮਾਂ ਨੇ, ਦੂਸਰੇ ਜਿਹੜੇ ਧਰਮ ਨੇ, ਉਹ ਸਾਡਾ ਮਜ਼ਾਕ ਉਡਾ ਰਹੇ ਨੇ, ਦੇਖ ਰਹੇ ਨੇ ਕਿ ਹਾਊ ਦੇ ਆਰ ਫਾਈਟਿੰਗ, ਕਿਉਂ ਸਿਰਫ ਗੋਲਕਾਂ ਪਿੱਛੇ। ਸਿਆਸੀ ਪਰਛਾਵੇਂ ਹਟਾ ਦਿਓ ਨਾ ਆਪਦੇ ਤੋਂ, ਫਿਰ ਸ਼ਾਇਦ ਤੁਹਾਨੂੰ ਨਾਲ ਜੋੜ ਲੈਣੇ। ਸਾਡੇ ਇਕੱਲੇ ਸਿਆਸੀ ਪਰਛਾਵੇਂ ਕਾਂਗਰਸ ਦੇ ਵਿੱਚ ਹੀ ਨਹੀਂ ਹੈਗੇ ਇਕੱਲੇ ਸਹਿਜਧਾਰੀ, ਇਹ ਤਾਂ ਕਾਂਗਰਸ ਪਾਰਟੀ ਸਾਡੀ ਸਪੋਰਟ ਕਰ ਰਹੀ ਹੈ ਪਾਰਲੀਮੈਂਟ 'ਚ, ਉਹਨਾਂ ਨੇ ਸਪੋਰਟ ਕੀਤੀ ਹੈ, ਦੈਨ ਵੀ ਆਰ ਸਪੋਰਟਿੰਗ ਦੈਮ। ਇਹ ਸਾਡੀ ਸਪੋਰਟ ਕਰਨ, ਅਸੀਂ ਇਹਨਾਂ ਦੀ ਸਪੋਰਟ ਕਰ ਲਾਂਗੇ? ਇਹ ਸਾਨੂੰ ਮੰਨਦੇ ਹੀ ਨਹੀਂ ਹੈਗੇ, ਸਿੱਖ ਹੀ ਨਹੀਂ ਮੰਨਦੇ। ਮੇਰਾ ਸਵਾਲ ਹੈ ਕਿ ਨਵੇਂ ਪ੍ਰਧਾਨ ਦੀ ਚੋਣ ਵੇਲੇ ਜਮਹੂਰੀ ਢੰਗ ਦੀ ਜਿੱਤ ਹੋ ਗਈ, ਲਿਫਾਫਾ ਬੰਦ ਹੋ ਗਿਆ ਜਾਂ ਲਿਫਾਫਾ ਪਾਸੇ ਹੋ ਗਿਆ ਜਾਂ ਲਿਫਾਫਾ ਕਿਤੇ ਹੋਰ ਰੱਖਿਆ ਗਿਆ? ਦੇਖੋ, ਹਰ ਚੋਣ ਜਦੋਂ ਹੁੰਦੀ ਹੈ ਨਾ, ਕੋਈ ਇਲੈਕਟੋਰਲ ਸਿਸਟਮ ਦੇ ਥੱਲੇ, ਉਹਦੇ ਵਿੱਚ ਇੱਕ ਪ੍ਰੋਸੀਜਰ ਹੁੰਦਾ, ਬੰਦੇ ਆਪਣਾ ਨਾਂ ਪੁੱਟ ਕਰਦੇ ਆ, ਅਤੇ ਬੰਦਿਆਂ ਦੇ ਨਾਂ ਪੁੱਟ ਕਰਨ ਤੋਂ ਬਾਅਦ ਉਹਨਾਂ ਦੇ ਉੱਤੇ ਜਿਹੜੇ ਹਾਜ਼ਰ ਮੈਂਬਰ ਸਾਹਿਬਾਨ ਹੈ ਜਿਨ੍ਹਾਂ ਦੇ ਕੋਲ ਵੋਟ ਦਾ ਅਧਿਕਾਰ ਹੁੰਦਾ, ਵੋਟ ਪਾਉਂਦੇ। ਇਹ ਪ੍ਰੋਸੀਜਰ ਪਿਛਲੇ 14-15 ਸਾਲ ਤੋਂ ਬੰਦ ਹੋਇਆ ਸੀ, ਔਰ ਪੰਥ ਬੜੀ ਚੀਕਾਂ ਮਾਰ ਮਾਰ ਕੇ ਕਹਿ ਰਿਹਾ ਸੀ ਵੀ ਇਹ ਲਿਫਾਫੇ 'ਚੋਂ ਨਿਕਲ ਰਹੇ ਪ੍ਰਧਾਨ ਹੈ। ਇਹਦੀ ਤਸਦੀਕ ਜਿਹੜੀ ਆ, ਬੰਦ ਹੋਇਆ ਕਿ ਨਹੀਂ ਹੋਇਆ, ਖੁਦ ਪ੍ਰਧਾਨ ਜੀ ਨੇ ਆਪ ਕਰ ਦਿੱਤੀ ਆ ਵੀ ਮੈਂ ਲਿਫਾਫੇ 'ਚੋਂ ਨਹੀਂ ਨਿਕਲਿਆ, ਮੈਂ ਵੋਟਾਂ ਦੇ ਚੋਣ। ਮੇਰਾ ਸਵਾਲ ਹੋ ਰਿਹਾ, ਇਹ ਲਿਫਾਫਾ ਕਿਤੇ ਹੋਰ ਤਾਂ ਨਹੀਂ ਪਿਆ ਸੀ? ਜਿੱਥੇ ਮਰਜ਼ੀ ਪਿਆ ਹੋਵੇ ਜੀ, ਹਾਊਸ ਦਾ ਜਵਾਬ ਦਿਓ ਨਾ ਫਿਰ। ਨਹੀਂ, ਹਾਊਸ 'ਚ ਨਹੀਂ ਸੀ ਪਿਆ, ਹਾਊਸ ਨਹੀਂ ਪਿਆ ਸੀ। ਜੇ ਬਾਹਰ ਹੈਗਾ ਸੀ? ਨਹੀਂ, ਬਾਹਰ ਦਾ ਸਾਨੂੰ ਕੀ ਪਤਾ ਜੀ ਕਿੱਥੇ ਪਿਆ ਸੀ। ਕੋਈ ਲਿਫਾਫਾ ਕਲਚਰ ਬੰਦ ਨਹੀਂ ਹੋਇਆ, ਇਟ ਇਜ਼ ਦਾ ਸੇਮ ਪ੍ਰੋਸੈਸ ਜਿਹੜਾ ਕਿ ਪਹਿਲਾਂ ਤੋਂ 20 ਸਾਲਾਂ ਤੋਂ ਚੱਲਿਆ ਆਉਂਦਾ। ਦੂਜੀ ਮੈਂ ਕਰੈਕਸ਼ਨ ਕਰਨੀ ਚਾਹਾਂਗਾ ਕਿ ਐਤਕੀ ਪਹਿਲੀ ਵਾਰ ਇਲੈਕਸ਼ਨ ਨਹੀਂ ਹੋਈ, ਜੇ ਪਿਛਲੇ 10 ਸਾਲਾਂ 'ਚ ਹੀ ਆਪਾਂ ਲੈ ਲਈਏ, ਆਪਣਾ 12 ਸਾਲਾਂ 'ਚ ਲੈ ਲਈਏ, ਤਾਂ ਤੀਜੀ ਇਲੈਕਸ਼ਨ ਇਸ ਤਰੀਕੇ ਦੀ ਹੋਈ ਹੈ। 2002 ਦੇ ਵਿੱਚ ਬੀਬੀ ਜਗੀਰ ਕੌਰ ਦੇ ਖਿਲਾਫ ਸਾਂਝੇ ਜਿਹੜੇ ਹੈ ਆਪਣਾ ਉਸ ਵਕਤ ਜਿਹਦਾ ਟੋੜਾ ਸੀਗੇ। ਨਹੀਂ, ਫਿਰ ਤੁਹਾਨੂੰ ਹਰਦੀਪ ਸਿੰਘ ਜੀ, ਤੁਸੀਂ ਆਪਣੀ ਗੱਲ ਪੂਰੀ ਕਰ ਲਿਓ, ਤੁਸੀਂ ਥੋੜਾ ਬਹੁਤ ਅਕਾਲੀ ਦਲ ਨੂੰ ਕ੍ਰੈਡਿਟ ਦੋਗੇ ਕਿ ਨਹੀਂ ਦੋਗੇ? ਉਹਨਾਂ ਨੇ ਮੈਂਬਰਾਂ ਨਾਲ ਕੱਲੇ ਮੁਲਾਕਾਤ ਕੀਤੀ? ਨਹੀਂ ਨਹੀਂ, ਕੋਈ ਉਸਦਾ ਕੋਈ ਮਾਇਨਾ ਨਹੀਂ। ਦੇਖੋ, ਲਿਫਾਫਾ ਕਲਚਰ ਆਪਾਂ ਕਿਹਨੂੰ ਕਹਿੰਦੇ ਹਾਂ ਕਿ ਜਿਹੜੇ ਇੱਕ ਪਾਰਟੀ ਵੱਲੋਂ ਆਪਣੇ ਨੁਮਾਇੰਦੇ ਖੜੇ ਕਰ ਲੈਂਦੇ ਨੇ, ਜਿਤਾ ਕੇ ਲੈ ਆਉਂਦੇ ਨੇ, ਤੇ ਮਗਰੋਂ ਜਿੱਦਣ ਸਾਲ 'ਚ 2 ਵਾਰੀ ਬੁਲਾਉਣਾ ਹੁੰਦਾ,
ਜਿਹੜੀ ਗੱਲ ਹੁੰਦੀ ਹੈ ਕਿ ਵੋਟਾਂ ਪਵਾਉਣੀਆਂ ਨੇ ਉਹਨੂੰ ਪ੍ਰਧਾਨ ਚੁਣਨਾ, ਉਦੋਂ ਸਾਰੇ ਹੱਕ ਪ੍ਰਧਾਨ ਲੈ ਲੈਂਦਾ ਅਤੇ ਪ੍ਰਧਾਨ ਲੈ ਕੇ ਫਿਰ ਆਪਣੀ ਲਿਸਟ ਭੇਜ ਦਿੰਦਾ, ਭਾਵੇਂ ਉਹ ਲਿਫਾਫੇ 'ਚ ਪਾ ਕੇ ਭੇਜ ਦਿਉ, ਭਾਵੇਂ ਜੇਬ 'ਚ ਪਾ ਕੇ ਭੇਜ ਦਿਉ, ਭਾਵੇਂ ਈਮੇਲ ਕਰ ਦਿਓ, ਭਾਵੇਂ ਕੋਈ ਉਸ ਯਾਦ ਕਰਾ ਕੇ ਭੇਜ ਦਿਓ। ਲਿਫਾਫਾ ਕਲਚਰ ਇਹ ਹੈ ਕਿ ਉਹਨਾਂ ਨੇ ਸੇਵਾ ਵੀ ਨਿਭਾਈ, ਜਿਹੜਿਆਂ ਨੂੰ ਤਨਖਾਹੀਆਂ ਕਰਾਰ ਦਿੱਤਾ ਗਿਆ ਸੀਗਾ। ਹੁਣ ਉਹ ਕਹਿ ਰਿਹਾ ਮੈਂ ਡੇਰੇ ਨਹੀਂ ਗਿਆ, ਸ਼੍ਰੀ ਅਕਾਲ ਤਖਤ ਸਾਹਿਬ ਸਰਵਉੱਚ ਹੈ। ਡਾਕਟਰ ਹਰਜਿੰਦਰ ਸਿੰਘ ਦਿਲਗੀਰ ਦਾ ਮਾਮਲਾ ਤੁਹਾਨੂੰ ਪਤਾ ਹੋਊਗਾ, ਉਹਨਾਂ ਨੇ ਕੋਰਟ ਤੱਕ ਪਹੁੰਚ ਕਰਤੀ, ਸਿੱਖ ਹਲਕਿਆਂ ਦੇ ਵਿੱਚ ਨਿਰਾਸ਼ਾ ਪ੍ਰਗਟਾਈ ਗਈ, ਕੋਰਟ ਵਿੱਚ ਉਹਨਾਂ ਨੂੰ ਨਹੀਂ ਜਾਣਾ ਚਾਹੀਦਾ ਸੀਗਾ। ਹੁਣ ਗੋਬਿੰਦ ਸਿੰਘ ਲੌਂਗੋਵਾਲ ਨੂੰ ਜੇ ਗਲਤੀ ਨਾਲ ਸਜ਼ਾ ਸੁਣਾਈ ਗਈ ਹੈ ਕਿ ਗੋਬਿੰਦ ਸਿੰਘ ਲੌਂਗੋਵਾਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਜਾ ਕੇ ਇੱਕ ਵਾਰ ਫਿਰ ਕਹਿਣਗੇ ਤੁਸੀਂ ਗਲਤ ਸਜ਼ਾ ਸੁਣਾਈ ਤਾਂ ਹੁਣ ਮੈਨੂੰ ਸਵਾਲਾਂ ਦਾ ਜਵਾਬ ਦੇਣਾ ਪਿਆ, ਮੈਂ ਕੀ ਕਰਾਂਗਾ? ਨਹੀਂ ਉਹਦਾ ਤਾਂ ਇੱਕ ਵਾਰੀ ਜਦੋਂ ਨੋ ਓਬਜੈਕਸ਼ਨ ਹੋ ਚੁੱਕਿਆ ਹੈ, ਉਹਨਾਂ ਨੂੰ ਉਹਦਾ ਜਿਹੜੀ ਕੋਈ ਗਲਤੀ ਸੀ ਉਹਦੀ ਮਾਫ਼ੀ ਵੀ ਲੈ ਚੁੱਕੇ ਹੈ, ਜਾਂ ਉਹਦਾ ਨੋ ਓਬਜੈਕਸ਼ਨ ਵੀ ਉਧਰੋਂ ਜਾਰੀ ਹੋ ਚੁੱਕਾ। ਹੁਣ ਵਾਰੀ ਵਾਰੀ ਤੁਸੀਂ ਕਹਿ ਰਹੇ ਹੋ ਗਲਤ, ਨਵਤੇ ਸਿੰਘ ਕੋਣੀ, ਤੁਹਾਡੇ ਬਿਆਨਾਂ 'ਚ ਫਰਕ ਹੈਗਾ। ਤੁਸੀਂ ਕਹਿ ਰਹੇ ਹੋ ਗਲਤੀ ਹੋਈ, ਮਾਫ਼ੀ ਹੋ ਚੁੱਕੀ ਹੈ, ਖਤਮ ਹੋ ਗਿਆ, ਇਹ ਕਹਿ ਰਹੇ ਹੋ ਨਾ? ਇਹ ਕਹਿ ਰਹੇ ਹੋ ਨਾ? ਤੁਹਾਡੇ ਪ੍ਰਧਾਨ ਸਾਹਿਬ ਕਹਿ ਰਹੇ ਆ ਕਿ ਮੈਂ ਡੇਰੇ ਗਿਆ ਹੀ ਨਹੀਂ। ਹਾਂ ਉਹ ਤਾਂ ਮੈਂ ਵੀ ਕਹਿੰਦਾ ਨਹੀਂ ਗਿਆ। ਨਹੀਂ ਫਿਰ ਗਲਤੀ ਕਿਹੜੀ ਹੋਈ? ਫਿਰ ਗਲਤੀ ਹੋਰ ਕਿਹੜੀ ਹੋਈ ਆ? ਨਵਤੇ ਸਿੰਘ ਕੋਣੀ ਦਾ ਜਵਾਬ ਦਿਓ ਮੈਨੂੰ। ਗਏ ਨਹੀਂ ਹੋ। ਹਾਂ ਫਿਰ ਗਲਤੀ ਕਿਹੜੀ ਹੋਈ? ਫਿਰ ਕਿਹੜਾ ਮਾਫੀ ਨਵਾਂ ਹੋਇਆ? ਫਿਰ ਹੁਣ ਉਹਨਾਂ ਦੀ ਕੀ ਗਲਤੀ ਸੀ? ਕੀ ਗੁਨਾਹ ਕੀਤੇ ਉਹਨਾਂ ਨੇ ਹੋਰ? ਕੋਈ ਗੁਨਾਹ ਕੀਤਾ ਹੀ ਨਹੀਂ। ਹਾਂ ਤੇ ਫਿਰ ਤੁਸੀਂ ਮੈਨੂੰ ਸਾਹਮਣੇ ਦੱਸ ਰਹੇ ਨਵਤੇ ਸਿੰਘ ਕੋਣੀ, ਉਹ ਕਹਿ ਰਹੇ ਮੈਂ ਡੇਰੇ ਗਏ ਨਹੀਂ। ਤੁਸੀਂ ਹੁਣੇ ਕਿਹਾ ਇੱਥੇ, ਤੁਸੀਂ ਹੁਣੇ ਇੱਥੇ ਕਿਹਾ ਉਹਨਾਂ ਤੋਂ ਗਲਤੀ ਹੋਈ, ਉਹਨਾਂ ਨੇ ਮਾਫੀ ਮੰਗ ਲਈ। ਉਹਦੇ ਤੋਂ ਜਦੋਂ ਨੋ ਓਬਜੈਕਸ਼ਨ ਹੀ ਹੋ ਗਿਆ, ਉਹਨਾਂ ਨੇ ਗਲਤੀ ਲਿਖ ਕੇ ਦਿੱਤੀ ਵੀ ਨਹੀਂ ਗਿਆ ਮੈਂ, ਉਹਨਾਂ ਨੇ ਕਹਿਤਾ ਵੀ ਠੀਕ ਹੈ ਬਸ ਨਹੀਂ ਗਿਆ। ਗੋਲ ਮੋਲੀ ਚੱਲੂਗਾ ਕੰਮ, ਯਾਨੀ ਕਿ ਸਿੱਧਾ ਨਹੀਂ ਆਊਗਾ, ਗੋਲ ਮੋਲੀ ਚੱਲੂਗਾ। ਮੈਨੂੰ ਮਸਲੇ 'ਚ ਹਲਕੀ ਗੱਲ ਕਰਨੀ ਮੁਨਾਸਬ ਤਾਂ ਨਹੀਂ ਹੁੰਦੀ, ਪਰ ਮਿਸਾਲ ਦੇ ਦਿਆਂ, ਬੁਰਾ ਨਾ ਮਨਾਇਓ, ਸ਼ਾਮ ਕੋ ਪੀ ਲਈ, ਸੁਬਾਹ ਕੋ ਤੌਬਾ ਕਰ ਲਈ, ਰਿੰਦ ਕੇ ਰਿੰਦ ਰਹੇ, ਜੰਨਤ ਹਾਦਸੇ ਨਾ ਗਈ। ਆ ਤੁਹਾਡਾ ਮਾਫ਼ੀਨਾਮਾ, ਜੇ ਕੋਈ ਕਸਰਤ ਹੋ ਮੈਨੂੰ ਦੱਸ ਦਿਓ। ਵੋਟਾਂ ਲਈ ਡੇਰੇ 'ਚ ਜਾਣ ਵਾਲੇ ਸਿੱਖੀ ਦੇ ਪ੍ਰਚਾਰ ਨੂੰ ਕਿੱਥੇ ਲੈ ਜਾਣਗੇ? ਚਰਚਾ ਸਮਾਪਤ ਕਰਨੀ ਹੈ ਫਟਾਫਟ। ਦੇਖੋ, ਪਹਿਲੀ ਗੱਲ ਤਾਂ ਇਹ ਹੈ ਵੀ ਉੱਥੇ ਪਹਿਲਾਂ ਅਸੀਂ ਮਾਨਤਾ ਦੇ ਦਿੰਦੇ ਹਾਂ ਉਦੋਂ ਜਦੋਂ ਸਾਡੇ ਧਾਰਮਿਕ ਆਗੂ ਉੱਥੇ ਜਾਂਦੇ ਨੇ। 2003 'ਚ ਜਦੋਂ ਪਹਿਲੀ ਵਾਰੀ ਇਕੱਠ ਹੋਇਆ ਉੱਥੇ ਬਠਿੰਡੇ ਦਮਦਮਾ ਸਾਹਿਬ, ਉਦੋਂ ਮੈਂ ਉੱਥੇ ਸਾਫ਼ ਇਹ ਕਹਿ ਕੇ ਆਇਆ ਸੀਗਾ ਵੀ ਅਸੀਂ ਜਿਹੜੇ ਸਾਡੇ ਜਿਹੜੇ ਪੰਥਕ ਲੀਡਰ ਨੇ, ਧਾਰਮਿਕ ਲੀਡਰ, ਉਹ ਜਿਸ ਡੇਰੇ ਵੀ ਜਾਂਦੇ ਨੇ ਉਹ ਆਮ ਲੋਕਾਂ ਵਾਸਤੇ ਪ੍ਰਮਾਣਿਤ ਹੋ ਜਾਂਦਾ, ਇਸ ਕਰਕੇ ਉਹਨਾਂ ਨੂੰ ਜਾਣਾ ਦਾ ਜਿਹੜਾ ਜਿੱਥੋਂ ਤੱਕ ਹੈਗਾ ਸਵਾਲ ਵੋਟਾਂ ਦਾ, ਵੋਟਾਂ ਵਾਲਿਆਂ ਨੂੰ ਜਾਣਾ ਪੈਂਦਾ, ਉਹ ਵੋਟਾਂ ਵਾਸਤੇ ਜਾਂਦੇ।